دوبارہ یا
آپ کا والد آیا نام فرمایا جی ایسا ٹرین کرا دے
ਇਹ ਟ੍ਰੇਨ ਕਰਵਾ ਲਿਆ ਜਦੋਂ ਟ੍ਰੇਨ ਕਰਾਇਆ ਨਾ ਤੇ ਇਮਾਮ ਅਬੂ ਹਨੀਫਾ ਦੇ ਦਰਬਾਰ ਵਿੱਚ ਫਿਰ ਆਇਆ ਇੱਕ ਸ਼ਹਿਰ ਉੱਤੇ ਬੈਠਾ ਉਸਨੇ ਕਿਹਾ ਕਿ ਰਾਤ ਵੀ ਨਜ਼ਰ ਆਉਂਦੀ ਤੇ ਦਿਨ ਵੀ ਨਜ਼ਰ ਆਉਂਦਾ ਤੇ ਮਿਸਾਲ ਇਹ ਦਿੱਤੀ ਉਹਨੇ ਕਿਹਾ ਕਿ ਚਿਹਰੇ ਤੋਂ ਦਿਨ ਨਜ਼ਰ ਆਉਂਦਾ ਤੇ ਵਾਲਾਂ ਤੋਂ ਰਾਤ ਨਜ਼ਰ ਆਉਂਦੀ ਹੁਣ ਰਾਤ ਤਾਂ ਗੁਜ਼ਰ ਗਈ ਸਿਰਫ ਦਿਨ ਹੀ ਰਹਿ ਗਿਆ ਪਹਿਲੇ ਨਾਲੋਂ ਜ਼ਿਆਦਾ ਹਸੀਨ ਹੋ ਜਮੀ ਨਜ਼ਰ ਅੱਛਾ ਉਹ ਵਕਤ ਦੇ ਇਮਾਮ ਸਨ ਕਿ ਜਦੋਂ ਗੁਜ਼ਰਦੇ ਸੀ ਨਾ ਤਾਂ ਯਹੂਦੀ ਆਖਦੇ ਸੀ ਯਾਰ ਵੇਖੋ ਛੋਟਾ ਮੁਹੰਮਦ ਕਿੰਨਾ ਸੋਹਣਾ ਏ ਤੇ ਜਿਹੜਾ ਵੱਡਾ ਮੁਹੰਮਦ ਹੋਏਗਾ ਉਹ ਕਿੰਨਾ ਆਲਾ ਤੋ ਅੱਲਾਹ ਰੱਬੁਲ ਆਲਮੀਨ ਨੇ ਇਸ ਕਿਤਾਬ ਨੂੰ ਐਸੀ ਮੁਕੱਦਸ ਤੇ ਅਜ਼ਮਤ ਸ਼ਾਨ ਸ਼ੌਕਤ ਅਤਾ ਫਰਮਾਈ ਜੋ ਕਿਸੇ ਨੂੰ ਨਹੀਂ ਅਤਾ ਫਰਮਾਈ ਫਰਮਾਇਆ ਕਿ ਇਸ ਨੂੰ ਨਾਜ਼ਿਲ ਵੀ ਅਸੀਂ ਕੀਤਾ ਤੇ ਇਸ ਦਾ ਹਿਫਾਜ਼ਤ ਵੀ ਅਸੀਂ ਖੁਦ ਰੱਬੁਲ ਆਲਮੀਨ ਮੇਰੇ ਅਜ਼ੀਜ਼ ਦੋਸਤੋ ਬਜ਼ੁਰਗੋ ਇੱਕ ਹਦੀਸ ਸਾਜ਼ ਕਰਕੇ ਦੁਆ ਕਰਨੇ ਆ ਮੇਰੇ ਆਕਾ ਨੇ ਸਲਾਤ ਵ ਸਲਾਮ ਨੇ ਇਰਸ਼ਾਦ ਫਰਮਾਇਆ ਮੇਰੇ ਆਕਾ ਨੇ ਸਲਾਤ ਵ ਸਲਾਮ ਨੇ ਇਰਸ਼ਾਦ ਫਰਮਾਇਆ ਕਿ ਉਹਨੂੰ ਤੌਰਾਤ ਨਾਜ਼ਿਲ ਹੋਈ ਅੱਲਾਹ ਰੱਬੁਲ ਆਲਮੀਨ ਨੇ ਤੌਰਾਤ ਹਜ਼ਰਤ ਮੂਸਾ ਕਲੀਮੁੱਲਾ ਨੂੰ ਅਤਾ ਫਰਮਾਈ ਤੇ ਮੂਸਾ ਕਲੀਮੁੱਲਾ ਨੇ ਉਸ ਨੂੰ ਹਿਫਾਜ਼ਤ ਕਰ ਲਿਆ ਉਸ ਵਕਤ ਦੇ ਜਿਸ ਨਬੀ ਤੇ ਅੱਲਾਹ ਰੱਬੁਲ ਆਲਮੀਨ ਕਿਤਾਬ ਨਾਜ਼ਿਲ ਕਰਦਾ ਸੀ ਉਹੀ ਨਬੀ ਉਸ ਦਾ ਹਾਫਿਜ਼ ਹੁੰਦਾ ਸੀ ਇੰਜੀਲ ਅਤਾ ਕੀਤੀ ਤੇ ਇੰਜੀਲ ਹਜ਼ਰਤ ਈਸਾ ਅਲੈਹਿਸ ਸਲਾਤੁ ਵਸਸਲਾਮ ਦੇ ਹਾਫਿਜ਼ ਰਾਏ ਜ਼ਬੂਰ ਅਤਾ ਕੀਤੀ ਤੇ ਹਜ਼ਰਤ ਈਸਾ ਹਜ਼ਰਤ ਦਾਊਦ ਅਲੈਹਿਸ ਸਲਾਤੁ ਵਸਸਲਾਮ ਦੇ ਹਾਫਿਜ਼ ਰਾਏ ਔਰ ਕੁਰਾਨ ਦੀ ਤਾਰੀਫ ਉਠਾ ਕੇ ਵੇਖੋ ਸੂਰਤ ਬਕਰਾ ਦੇ ਅੰਦਰ ਅੱਲਾਹ ਰੱਬੁਲ ਆਲਮੀਨ ਨੇ ਜ਼ਿਕਰ ਕੀਤਾ ਹਜ਼ਰਤ ਉਜ਼ੈਰ ਅਲੈਹਿਸ ਸਲਾਤੁ ਵਸਸਲਾਮ ਦਾ ਜਿਸ ਨੇ ਇੱਕ ਸਾਲ ਤੱਕ ਨੀਂਦਰ ਦੇ ਹਾਲਾਤ ਦੇ ਅੰਦਰ ਵਕਤ ਗੁਜ਼ਾਰਿਆ ਜਦੋਂ ਨੀਂਦਰ ਤੋਂ ਬਿਦਾਰ ਹੋਏ ਰੱਬ ਤਾਲਾ ਨੇ ਫਰਮਾਇਆ ਕਿ ਆਏ ਉਜ਼ੈਰ ਅਲੈਹਿਸ ਸਲਾਤੁ ਵਸਸਲਾਮ ਇਹ ਤੇ ਦੱਸ ਕਿੰਨਾ ਅਰਸਾ ਸੁੱਤਾ ਰਿਹਾ ਹੈ ਅਰਜ਼ ਕਰਦਾ ਯਾ ਰਸੂਲ ਅੱਲਾ ਯਾ ਅੱਲਾ ਯਾ ਅੱਲਾ ਬਸ ਦਿਨ ਦਾ ਕੁਝ ਹਿੱਸਾ ਰੱਬ ਤਾਲਾ ਫਰਮਾਉਂਦਾ ਦਿਨ ਦਾ ਕੁਝ ਹਿੱਸਾ ਨਹੀਂ ਬਲਕਿ ਸਦੀਆਂ ਗੁਜ਼ਰ ਗਈਆਂ ਇੱਕ ਸਦੀ ਪੂਰੀ ਗੁਜ਼ਰ ਗਈ ਇੱਕ ਅੱਛਾ ਆਪ ਦਾ ਬੇਟਾ ਜਵਾਨ ਜਦੋਂ ਵਾਪਸ ਗਿਆ ਨਾ ਇਲਾਕੇ ਦੇ ਅੰਦਰ ਆਬਾਦੀ ਦੇ ਅੰਦਰ ਗਿਆ ਤਾਂ ਆਪ ਨੇ ਕਿਹਾ ਕਿ ਮੈਂ ਉਜ਼ੈਰ ਸਲਾਮ ਸਲਾਮ ਅੱਲਾਹ ਦਾ ਨਬੀ ਹਾਂ ਅੱਲਾਹ ਨੇ ਉਹ ਨਬੀਆਂ ਨੂੰ ਨਿਸ਼ਾਨ ਅਤਾ ਕੀਤੀ ਸੀ ਜੋ ਆਸਮਾਨੀ ਕਿਤਾਬਾਂ ਹੁੰਦੀਆਂ ਸਨ ਸਿਰਫ ਨਬੀ ਉਸ ਨੂੰ ਹਿਫਾਜ਼ ਕਰਦੇ ਸੀ ਬਾਕੀ ਕੋਈ ਨਜ਼ਰ ਨਹੀਂ ਸੀ ਆਦਾ ਜਿਸ ਨੇ ਹਿਫਾਜ਼ ਕੀਤੀ ਤਾਂ ਅੱਛਾ ਜੀ ਉਹ ਅਸੀਂ ਮੰਨਦੇ ਹਾਂ ਫਿਰ ਇਹਦਾ ਕਾਰਨ ਉਜ਼ੈਰ ਅਲੈਹਿਸ ਸਲਾਮੁ ਸਲਾਮ ਤੌਰਾਤ ਯਾਦ ਸੀ ਜ਼ਬਾਨੀ ਅਗਰ ਤੈਨੂੰ ਯਾਦ ਹੈ ਫਿਰ ਸੁਣਾ ਤਾਂ ਆਪ ਨੇ ਸੁਣਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਲੋਕਾਂ ਨੇ ਮੰਨਿਆ ਭਈ ਇਹ ਅੱਲਾਹ ਦਾ ਬੇਟਾ ਹੈ ਤੇ ਅੱਜ ਕੱਲ ਦੇ ਇਸ ਦੌਰ ਦੇ ਅੰਦਰ ਇਸ ਦੌਰ ਦੇ ਅੰਦਰ ਅੱਲਾਹ ਨੇ ਹਾਫਜ਼ਾਂ ਨੂੰ ਇਹ ਸ਼ਾਨ ਅਤਾ ਕੀਤੀ ਕਿ ਨਬੀ ਨੂੰ ਜੋ ਮਕਾਮ ਮਰਤਬਾ ਅੱਲਾਹ ਤਾਲਾ ਨੇ ਪਿਛਲੀਆਂ ਕਿਤਾਬਾਂ ਨੂੰ ਅਤਾ ਕੀਤਾ ਤੇ ਹਿਫਾਜ਼ ਕਰਦੇ ਸੀ ਕੋਈ ਸ਼ਾਨ ਅੱਲਾਹ ਰੱਬੁਲ ਆਲਮੀਨ ਨੇ ਮੇਰੇ ਆਕਾ ਦੀ ਉਮਤ ਨੂੰ ਅਤਾ ਕੀਤਾ ਇਹ ਹਰ ਘਰ ਦੇ ਅੰਦਰ ਤਕਰੀਬਨ ਕੋਈ ਮੁਸਲਮਾਨ ਦਾ ਐਸਾ ਘਰ ਹੋਣਾ ਜਿਸ ਦੇ ਵਿੱਚ ਹਾਫਿਜ਼ ਨਾ ਹੋਣਾ ਨਹੀਂ ਤਾਂ ਤਕਰੀਬਨ ਸਾਡੇ ਖਾਨਦਾਨ ਦੇ ਮੈਂ ਆਪਣੇ ਖਾਨਦਾਨ ਦੀ ਗੱਲ ਕਰ ਰਿਹਾ ਕਿ ਸਾਡੇ ਖਾਨਦਾਨ ਦੇ ਤਕਰੀਬਨ ਹਰ ਘਰ ਦੇ ਵਿੱਚ ਇੱਕ ਹਾਫਿਜ਼ ਹੋਏਗਾ ਤਾਂ ਖਾਨਦਾਨ ਦੇ ਵਿੱਚ ਅਗਰ ਇੱਕ ਹਾਫਿਜ਼ ਹੋਵੇ ਤਾਂ ਬੜਾ ਮਕਾਮ ਮਰਤਬਾ ਰੱਖਣ ਵਾਲਾ ਤੋ ਹਜ਼ਰਤ ਉਜ਼ੈਰ ਅਲੈਹਿਸ ਸਲਾਮ ਤੌਰਾਤ ਦੇ ਹਾਫਿਜ਼ ਸਨ ਹਜ਼ਰਤ ਮੂਸਾ ਕਲੀਮੁੱਲਾ ਨੇ ਜਦੋਂ ਪੜ੍ਹਿਆ ਨਾ ਤੌਰਾਤ ਦੇ ਅੰਦਰ ਯਾ ਅੱਲਾ ਮੈਂ ਇਸ ਇੱਕ ਐਸੀ ਉਮਰ ਦਾ ਜ਼ਿਕਰ ਪੜ੍ਹਿਆ ਹੈ ਕਿ ਜਿਹੜੀ ਆਖਰੀ ਉਮਰ ਹੋਏਗੀ ਉਹਨਾਂ ਦੇ ਬੱਚੇ ਬੱਚੇ ਨੂੰ ਕੁਰਾਨ ਪਾਕ ਜਿਹੜੀ ਤੂੰ ਮੁਕੱਦਸ ਕਿਤਾਬ ਅਦਾ ਕਰੇਗਾ ਉਹ ਹਿਫਜ਼ ਕਰਨਗੇ ਔਰ ਉਹਨਾਂ ਦੇ ਸੀਨੇ ਦੇ ਅੰਦਰ ਇੱਕ ਛੋਟੀ ਜਿਹੀ ਕਿਤਾਬ ਹੈ ਨਾ ਉਹ 33 ਸਿਪਾਰੇ ਹੋਣਗੇ ਤੇ ਉਹਨਾਂ ਦੇ ਸੀਨਾ ਸੀਨਿਆਂ ਦੇ ਵਿੱਚ ਰੱਖੇ ਹੋ ਯਾ ਅੱਲਾ ਐਦਾਂ ਕਰ ਉਹ ਉਮਤ ਨੂੰ ਅਤਾ ਕਰ ਤਾਂ ਫਰਮਾਉਂਦਾ ਨਾ ਮੂਸਾ ਉਹ ਉਮਤ ਮੇਰੇ ਮਹਬੂਬ ਦੀ ਉਮਤ ਹੈ ਇਹ ਸ਼ਾਨ ਮੈਂ ਆਪਣੀ ਮਹਬੂਬ ਦੀ ਉਮਤ ਨੂੰ ਅਤਾ ਕੀਤੀ ਮੇਰੇ ਆਕਾ ਸਲਾਮ ਸਲਾਮ ਇਰਸ਼ਾਦ ਫਰਮਾਇਆ ਕਿ ਜਦੋਂ ਕੱਲ ਕਿਆਮਤ ਦਾ ਦਿਨ ਹੋਏਗਾ ਹਾਫਿਜ਼ ਦੇ ਵਾਲਿਦੈਨ ਨੂੰ ਅੱਲਾਹ ਰੱਬੁਲ ਆਲਮੀਨ ਸ਼ਾਨ ਅਤਾ ਕਰੇਗਾ ਕਿ ਬੁਲੰਦ ਦਰਜੇ ਤੇ ਬੈਠੇ ਹੋਣਗੇ
لوگی اپنے کے شاید اے نبی نے یا شہید نے آواز قدرت آئی آن کی نہ اے نبی نے نہ اے شہید نے بلکہ حافظ قرآن دے والدین نشان انہاں نوں عطا کر تو میرے عزیز دوستو بزرگو اللہ رب العالمین نے یہ مقدس کتاب میرے آقا علیہ الصلوۃ والسلام عطا فرمائی میرے آقا علیہ الصلوۃ والسلام نے ارشاد فرمایا یا اجے حضرت آدم علیہ الصلوۃ والسلام نے سی بنے اجے حضرت آدم نے سی بنے 1000 سال پہلے فرشتیاں نے سورۃ یاسین کی تلاوت ارشاد کی جب تلاوت کی تھی نا تے اللہ رب العالمین کے دربار وچ عرض کیتا یا مالک قرآن کی مقدس کتاب کتنی شان والی ہے جس نے پڑھا دے نال سانو سرور آ رہے تے جس امت تے تو عطا کرے گا جس امت نو اے قرآن اے مقدس کتاب دے گا اس دا مقام مرتبہ کی ہوئے گا تو اللہ رب العالمین نے فرمایا کہ اے میری محبوب دی امت نو اللہ رب العالمین نے فرمایا میں اس نو کتاب عطا کراں گا میرے عزیز دوستو بزرگو دعا ہے کہ اللہ پاک کے جانمنٹ دی حاضری اپنی بار میں قبول اور قبول فرمائے جنہیں دوستہ بزرگہ نے قرآن دی تلاوت سنی اور سارا مہینہ نماز تراویح دے اندر قرآن پاک دا ذکر سنیا قرآن پاک سنیا اللہ العالمین اپنے پاک کے اندر قبول فرمائے اور جنہاں نے تلاوت قرآن کی اللہ العالمین نے انہاں دی تلاوت قبول فرمائے دوستو بزرگو یہ جب آخری عشرہ آتا ہے نا قرآن دی سال گیرا چڑھنا کسی نے سال گراؤ میں نہ اسی تحفہ لے کے جانے ہیں لے کے جانے ہیں نا کوئی تمہیں بلا جی میں سال گرائے آ جاؤ کوئی جدو آتا ہے نا کوئی تحفہ لے کے جاتا ہے کہ میں سال گرا تو تحفہ دینا ہے اس جدو آخری عشرے دے وچ قرآن دا سال گرا ہوتا ہے نا تو پھر تحفہ کی ہوتا ہے تحفہ ایک ہی ہوتا ہے کہ اس نو پڑھو تے قرآن نو یاد کرو تے سینے دے وچ رکھو ایک ختم اگر کم از کم کر لو تے ایک قرآن مجید دے طرف تہانوں تحفہ دعا ہے کہ اللہ پاک کے چند میں لحاظ یہ اپنی بات میں قبول اور منظور فرمائے آمین سمع بالواحد